ਦੇਸ਼ ਦੀ ਆਜ਼ਾਦੀ ਤੋਂ ਬਾਅਦ 26 ਜਨਵਰੀ 1950 ਨੂੰ ਲਿਖਤੀ ਸੰਵਿਧਾਨ ਹੋਂਦ ਵਿੱਚ ਆਇਆ ਸੀ ਡੰਡੀ ਇਸ ਤੋਂ ਬਾਅਦ 1951-52 ਵਿੱਚ ਲੋਕਤੰਤਰੀ ਵਿਵਸਥਾ ਦੇ ਆਧਾਰ ਉੱਤੇ ਦੇਸ਼ ਭਰ ਵਿੱਚ ਪਹਿਲੀ ਵਾਰ ਚੋਣਾਂ ਹੋਈਆਂ ਸਨ ਡੰਡੀ ਇਸ ਤੋਂ ਬਾਅਦ ਇਹ ਅਮਲ ਹੁਣ ਤੱਕ ਨਿਰੰਤਰ ਜਾਰੀ ਹੈ ਡੰਡੀ ਸ਼ੁਰੂਆਤ ਵਿੱਚ ਦੇਸ਼ ਦੇ ਇੱਕ ਨਿਸ਼ਚਿਤ ਉਮਰ ਦੇ ਨਾਗਰਿਕਾਂ ਨੂੰ ਵੋਟ ਪਾਉਣ ਦੇ ਅਧਿਕਾਰ ਦੇਣ ਸੰਬੰਧੀ ਸ਼ੰਕੇ ਜਰੂਰ ਪਾਏ ਜਾਂਦੇ ਸਨ ਪਰ ਇੱਕ ਵਾਰ ਸ਼ੁਰੂ ਹੋਇਆ ਇਹ ਅਮਲ ਆਪਣੀ ਤੋਰੇ ਵੀ ਤੁਰਦਾ ਰਿਹਾ ਅਤੇ ਸਮੇਂ-ਸਮੇਂ ਸਾਹਮਣੇ ਆਏ ਨੁਕਸਾਨ ਨੂੰ ਵੀ ਸੁਧਾਰਨ ਦਾ ਯਤਨ ਵੀ ਕੀਤਾ ਜਾਂਦਾ ਰਿਹਾ ਡੰਡੀ ਕਠਿਨਾਈਆਂ ਅਤੇ ਚੁਣੌਤੀਆਂ ਨੂੰ ਕਿਸੇ ਨਾ ਕਿਸੇ ਢੰਗ ਤਰੀਕੇ ਨਾਲ ਸੁਲਝਾਉਣ ਦੀ ਪ੍ਰਕਿਰਿਆ ਚਲਦੀ ਰਹੀ ਡੰਡੀ ਸ਼ੁਰੂਆਤੀ ਸਮੇਂ ਤੋਂ ਲੈ ਕੇ ਹੁਣ ਤੱਕ ਚੋਣ ਪ੍ਰਕਿਰਿਆ ਵਿੱਚ ਵੱਡੇ ਸੁਧਾਰ ਵੀ ਹੋਏ ਅਤੇ ਇਸ ਨੇ अनेका-ਅਨੇਕ ਪੜਾਵੀ ਤੈ ਕੀਤੇ ਡੰਡੀ ਚੋਣਾ ਸਮੇ ਸਿਆਸਤਦਾਨਾ ਵੱਲੋਂ ਧਰਮ ਅਤੇ ਜਾਤ ਬਰਾਦਰੀ ਦੇ ਆਧਾਰ ਉੱਤੇ ਪੱਤੇ ਵੀ ਖੇਡੇ ਜਾਂਦੇ ਰਹੇ ਅਜਿਹੇ ਰੁਝਾਨ ਅੱਜ ਤੱਕ ਵੀ ਜਾਰੀ ਹਨ ਪਰ ਇਸ ਸਭ ਕੁਝ ਦੇ باوجود ਦੇਸ਼ ਵਿੱਚ ਜਮਹੂਰੀ ਪ੍ਰਕਿਰਿਆ ਜਾਰੀ ਹੈ ਡੰਡੀ ਉੰਦ ਇਸ ਲੋਕਤੰਤਰੀ ਪ੍ਰਕਿਰਿਆ ਦਾ ਇੱਕ ਵੱਡਾ ਨੁਕਸ ਇਹ ਜ਼ਰੂਰ ਰਿਹਾ ਕਿ ਪਾਰਟੀਆਂ ਅਤੇ ਉਮੀਦਵਾਰਾਂ ਵੱਲੋਂ ਵੱਧ ਤੋਂ ਵੱਧ ਧਨ ਖਰਚ ਕੇ ਚੋਣਾਂ ਜਿੱਤਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਡੰਡੀ ਸਮਾਂ ਬਿੱਤਣ ਨਾਲ ਇਸ ਵਿੱਚ ਕਾਲੇ ਧਨ ਦੀ ਵਰਤੋਂ ਕਿਤੇ ਵਧੇਰੇ ਬਦ ਚੁੱਕੀ ਹੈ ਡੰਡੀ ਇਹ ਵੀ ਇੱਕ ਵੱਡਾ ਕਾਰਨ ਹੈ ਕਿ ਅੱਜ ਆਮ ਵਿਅਕਤੀ ਲਈ ਰੈਡੀ ਕਿਸੇ ਵੀ ਪੱਦਰ ਦੀਆਂ ਚੋਣਾ ਲੜਨਾ ਬੇहद ਮੁਸ਼ਕਲ ਹੋ ਗਿਆ ਹੈ ਡੰਡੀ ਇਸੇ ਲਈ ਹੀ ਆਮ ਲੋਕ ਮੋਟਾ ਪਾਉਣ ਜੋਗੇ ਹੀ ਰਹਿ ਗਏ ਹਨ ਅਤੇ ਧਨ ਕੁਬੇਰ ਆਪਣੇ ਛਾ ਖਰਚਾਂ ਨਾਲ ਸੱਤਾ ਉੱਤੇ ਕਾਬਜ ਹੋਣ ਵਿੱਚ ਸਫਲ ਹੋ ਜਾਂਦੇ ਹਨ ਡੰਡੀ ਵੱਡੇ ਯਤਨਾਂ ਦੇ باوجود ਵੀ ਚੋਣਾ ਦੌਰਾਨ ਬੇਹਿਸਾਬ ਕਾਲੇ ਧਨ ਦੀ ਵਰਤੋਂ ਨੂੰ ਰੋਕਿਆ ਨਹੀਂ ਜਾ ਸਕਿਆ ਡੰਡੀ ਚੋਣ ਕਮਿਸ਼ਨ ਵੀ ਇਸ ਸੰਬੰਧੀ ਕੋਸ਼ਿਸ਼ਾਂ ਕਾਰਨ ਦੇ باوجود ਅਸਮਰੱਥ ਨਜ਼ਰ ਆਉਂਦਾ ਰਿਹਾ ਹੈ ਡੰਡੀ ਇਸੇ ਹੀ ਕੜੀ ਵਿੱਚ ਜੰਬਰੀ 2018 ਵਿੱਚ ਅਰुण ਜੇਤਲੀ ਦੇ ਵਿੱਤ ਮੰਤਰੀ ਦੇ ਹੁੰਦਿਆਂ ਸਿਆਸੀ ਭਾਰਤੀਆਂ ਲਈ ਲੋਕਾਂ ਕੋਲੋਂ ਚੰਦਾ ਇਕੱਤਰ ਕਰਨ ਸੰਬੰਧੀ ਇੱਕ ਚੋਣ ਬਾੰਡ ਯੋਜਨਾ ਦਾ ਕਾਨੂੰਨ ਬਣਾਇਆ ਗਿਆ ਸੀ ਡੰਡੀ ਇਸ ਯੋਜਨਾ ਅਨੁਸਾਰ ਕੋਈ ਵੀ ਨਾਗਰਿਕ ਕੰਪਨੀ ਜਾਂ ਸੰਸਥਾ ਸਟੇਟ ਬੈਂਕ ਆਫ ਇੰਡੀਆ ਦੀਆਂ ਇਸ ਮਕਸਦ ਲਈ ਨਿਰਧਾਰਤ ਕੀਤੀਆਂ ਗਈਆਂ 29 ਬ੍ਰਾਂਚਾਂ ਵਿੱਚੋਂ ਕਿਸੇ ਇੱਕ ਤੋਂ 1000 ਤੋਂ ਲੈ ਕੇ 1 ਕਰੋੜ ਰੁਪਏ ਤੱਕ ਦੇ ਚੋਣ ਬਾਂਡ ਖਰੀਦ ਸਕਦੀ ਸੀ ਅਤੇ ਉਹ ਇਸੇ ਵੀ ਮਾਨਤਾ ਪ੍ਰਾਪਤ ਪਾਰਟੀ ਜਿਸ ਨੇ ਪਿਛਲੀਆਂ ਚੋਣਾਂ ਵਿੱਚ ਘੱਟੋ-ਘੱਟ 1 ਫੀਸਦੀ ਵੋਟ ਲੈ ਹੋਣ ਨੂੰ ਚੋਣਾਂ ਲਈ ਦਾਨ ਵਜੋਂ ਇਹ ਰਕਮ ਦੇ ਸਕਦੀ ਸੀ ਡੰਡੀ ਵੱਡੀ ਗੱਲ ਇਹ ਕਿ ਇਹਨਾ ਖਰੀਦੇ ਗਏ ਚੋਣ ਬਾਂਡਾ ਸੰਬੰਧੀ ਸਭ ਕੁਝ ਗੁਪਤ ਰੱਖਿਆ ਜਾਂਦਾ ਸੀ ਅਤੇ ਬੇਰਵਾ ਜਨ ਤੱਕ ਨਹੀਂ ਸੀ ਕੀਤਾ ਜਾਂਦਾ ਡੰਡੀ ਉਸ ਸਮੇਂ अरुण ਜੇਤਲੀ ਦਾ ਇਹ ਦਾਵਾ ਸੀ ਕਿ ਇਸ ਚੋਨਾ ਲਈ ਧਨ ਜਟਾਉਣ ਵਿੱਚ ਪਾਰਦਰਸ਼ਤਾ ਆਏਗੀ ਅਤੇ ਕਾਲੇ ਧਨ ਦੀ ਵਰਤੋਂ ਨੂੰ ਰੋਕਿਆ ਜਾ ਸਕੇਗਾ